पंजाब कांग्रेस के पूर्व अध्यक्ष नवजोत सिंह सिद्धू होशियारपुर में पूर्व जिला युवा अध्यक्ष विश्वनाथ बाटी द्वारा आयोजित जिला स्तरीय रैली को संबोधित करने पहुंचे। इस मौके पर उन्होंने मौजूदा हालातों पर बोलते हुए लोगों को कांग्रेस पार्टी के इतिहास के बारे में बताया और कहा कि कांग्रेस पार्टी हमेशा समाज से हर वर्ग के हित में रही है और कई अहम मुद्दों पर प्रेस से बात की। इस दौरान कांग्रेस कार्यकर्ताओं पर जनसैलाब देखा गया। मैं बेनती करनी चाहना जेडे बड़े बड़े लीडर मजबूर कांग्रेस लगे हुए मजबूत कांग्रेस आई मजबूत कांग्रेस बात नहीं है जो भी पंथे की चोली है जिथे जाती है वह कांग्रेस की कहते जी नहीं है कांग्रेस ही मान रहे साडे विच मैडम संतोष चौधरी बैठी है साडे विच मैडम संतोष चौधरी बैठी है जेडी की इन सत्ता थान की शिकार होकर बैठी है जितनी जुटाई को पिने जिता के ਇੱਕ ਬਦਲ ਜਮੀਨ ਵੀ ਜਦੋਂ ਆਪਣੀ ਚੈਤੀ ਜੁੜਦੇ ਨੇ ਇੱਥੋਂ ਚੈਤੀ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਈ ਕਮਾਨ ਤਾਂ ਸਾਡਾ ਮੁੱਦਾ ਔਖਾ ਹੈ ਲੇਕਿਨ ਤੁਸੀਂ ਜਰੀਆ ਬਣ ਗਏ 6 ਸਾਲ ਕਾਂਗਰਸੀ ਨਹੀਂ ਆ ਜਿੱਦਾਂ ਤੁਸੀਂ 10 ਦਿਨ ਪਹਿਲਾਂ ਕਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਕਿਹੜੇ ਜ਼ਿੰਮੇ ਲਾ ਲਓ 10 ਦਿਨ ਪਹਿਲਾਂ ਕਿਹਾ ਕਿ ਕਿਹੜੇ ਮੌਸੀ ਤੋਂ ਤੁਸੀਂ ਜ਼ਰੂਰ ਹੋ ਪੇਸ਼ ਕੋਈ ਵੱਡੀ ਵੱਡੀ ਮੈਂ ਰੈਲੀ ਕਰਾਉਂ ਪਰ ਕਾਂਗਰਸ ਪਾਰਟੀ ਦੇ ਤੇ ਦਫਾ ਕਰਦੀ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ ਉਹਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬੰਨ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਦਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਜਾਨਾਂ ਉਦੋਂ ਵੱਡੀ ਕਿਹੜੀ ਭਾਵਨਾ ਸੀ ਕਿ ਉਹ ਸੋਚ ਸਕਦੇ ਸੀ ਪੀਲੀ ਪੱਗ ਬੰਨ ਕੇ ਕੁਛ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬੰਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਜਹਾਜ਼ਾਂ 'ਚ ਘੁੰਮਣਾ ਕੁਛ ਨਹੀਂ ਹੋਣਾ ਜੇ ਪੀਲੀ ਪੱਗ ਬੰਨੀ ਹੈ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ 1 ਸਾਲ 'ਚ ਬਣੂ 1 ਲੱਖ ਕਰੋੜ ਰੁਪਈਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਚਾਹੇ ਮਾਸਟਰ ਤਾਰਾ ਸਿੰਘ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ ਲਾਲ ਬਹਾਦੁਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾਨੀ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕੌਂਸਟੀਟਿਊਸ਼ਨ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਧਰ ਨੂੰ ਜਾਈ ਜਾਂਦਾ ਕਿ ਇਹ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਛ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝੇ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ 'ਚ ਸੀਸ ਨਵਾਉਂ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉ ਵਿਚਾਰਾਂ ਦੀ
ਕਿਸੇ ਵਿਚਾਰ ਦੀ ਮਤਭੇਦ ਨੂੰ, ਸ਼ਖਸੀਅਤਾਂ ਦਾ ਮਤਭੇਦ, ਇਹਦਾ ਰੋਲ ਮਤ ਦਿਓ। ਬੜੇ ਲੋਕ ਨੇ ਜਿਹੜੇ ਪਾੜ ਪਾਉਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਆ, ਗਲਤ। ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ, ਨਵਾਂ ਸਿਸਟਮ। ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ, ਬੀਜ ਬੋ ਦਿਓ। ਇਹਨਾਂ ਨੌਜਵਾਨਾਂ ਲਈ ਕਹਿ ਰਿਹਾ, ਬੀਜ ਬੋ ਦਿਓ, ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ। ਉਹ ਦਿਸ਼ਾ ਦੇ ਦਿਓ, ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣ। ਸਿੱਧੂ ਸਾਹਿਬ, ਹਾਈਕਮਾਨ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ। ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ, ਮਿੱਤਰ ਤੇਰੇ ਸੁਣ, ਜੇ ਸਾਡੀ ਡੈਮੋਕ੍ਰੇਸੀ ਨਾ ਰਹੀ, ਪਾਰਟੀਆਂ ਨੂੰ ਕੀ ਕਰਨਾ? ਦੱਸ ਦੱਸ ਜਵਾਬ ਦੇ ਨਾ, ਦੇਣ ਦੇ, ਜਾਂ ਤਾਂ ਚੁੱਚੀ ਬੋਲੀ ਜਾ, ਮਿੱਤਰ ਕਹਿ ਰਹੀ ਆ, ਸੁਣ ਲੈ ਗੱਲ, ਸੁਣ ਭਾਈ। ਅੱਜ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਕੋਈ ਸੁਣਦਾ? ਅੱਜ ਲੋਕ ਸਭਾ ਦੇ ਵਿੱਚ 170 MP ਸਸਪੈਂਡ ਕਦੇ ਸੁਣਿਆ ਸੀ? ਠੀਕ ਹੈ, ਅੱਜ 323 ਚ ਬੰਦੇ ਅੰਦਰ, ਖਹਿਰਾ ਅੰਦਰ, ਠੀਕ ਹੈ। ਕਦੇ ਕਾਨੂੰਨ ਵਿਵਸਥਾ ਇਹੋ ਜਿਹੀ ਦੇਖੀ ਸੀ? ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ? ਇਹ ਕੀ ਹੈ? ਇਹ ਕੀ ਹੈ? ਇਹ ਡੈਮੋਕ੍ਰੇਸੀ ਹੈ? ਜਿਹੜਾ ਤੁਹਾਡੇ ਹੱਕ ਚ ਬੋਲੇ ਉਹ ਤੇ ਮਾਂ ਕਾ ਕਮਾਲ ਹੈ। ਤੁਮ ਕਰੋ ਤੋਂ ਡਿਆਰੀ ਲੀਲਾ, ਹਮ ਕਰੇ ਤੋਂ ਕੈਰੈਕਟਰ ਲੀਲਾ। ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ। ਉਹ ਭਾਈ ਪੰਜਾਬੀ ਕੌਮ ਹੈ, ਸ਼ੇਰਾਂ ਦੀ ਕੌਮ ਹੈ, ਤਿਆਗ ਬਲੀਦਾਨ ਦੀ ਕੌਮ ਹੈ। ਤਾਂ ਹੀ ਮੈਂ ਕਹਿੰਦਾ, ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ, ਤੇ ਸਾਡੇ GST ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ, ਠੀਕ ਹੈ, ਸਾਡੇ ਕਰਜ਼ੇ ਮਾਫ ਕਰਨ, ਸਾਨੂੰ ਕੋਈ ਪੈਕੇਜ ਦੇਣ, ਸਮਝੇ ਨੀ, ਸਾਡੇ ਡੈਮਾਂ ਦੇ ਲਾਅ ਵਾਪਸ ਲੈਣ, ਸਾਡੇ ਕਿਸਾਨ ਗਰੂਹਾਂ ਦੇ ਉੱਤੇ ਨਾ ਰੱਖਣ, ਸਾਡੇ ਬਾਰਡਰ ਖੋਲਣ। ਇਹ ਮੁੱਦੇ ਨੇ ਮਿੱਤਰਾ, ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ, ਕਿਉਂਕਿ ਜੇ ਉਹ ਨਾ ਕੀਤਾ, ਪਾਰਟੀ ਦੀ ਗੱਲ ਛੱਡੋ, ਵਿਚਾਰਧਾਰਾ ਕਿੱਥੋਂ ਰਹਿਣੀ ਹੈ? ਸਿੱਧੂ ਸਾਹਿਬ, ਤੁਹਾਡੇ ਪਾਰਟੀ ਦਾ ਉਹ ਪੰਜਾਬ ਦੇ ਸਾਡੇ ਵਿਰੋਧ ਕਰ ਰਹੇ ਹੈ। ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ, ਜੇ ਕਰਦਾ ਮੈਂ ਲੰਮੀ ਉਮਰ ਦੀ ਪਾਰਟੀ ਦਾ ਸਮਝੌਤੇ ਦਾ ਹਰ ਜਾਣਾ ਠਹਿਰ ਠਹਿਰ। ਮੈਂ ਕਿਹਾ ਕੁਝ ਵੀ ਵਿਰੋਧ ਕਰੇ, ਜਦੋਂ ਅਹੁਦੇ ਲੈਂਦਾ ਕੋਈ ਵਿਰੋਧ ਕਰਦਾ? ਮੈਂ ਕਹਿੰਦਾ ਮੇਰਾ